ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਜੈ ਮਸੀਹ ਦੀ। ਆਓ ਅੱਜ ਆਪਾਂ ਪਰਮੇਸ਼ੁਰ ਦੇ ਵਚਨਾਂ 'ਚੋਂ ਦੇਖਾਂਗੇ ਪ੍ਰਕਾਸ਼ ਦੀ ਪੋਥੀ ਭਾਗ 5 ਖੋਇਆ ਹੋਇਆ ਲੇਲਾ। ਜਿਹੜਾ ਸਿੰਘਾਸਣ ਉੱਤੇ ਵਿਰਾਜਮਾਨ ਸੀ, ਮੈਂ ਉਸਦੇ ਸੱਜੇ ਹੱਥ ਵਿੱਚ ਇੱਕ ਪੋਥੀ ਜੋ ਅੰਦਰੋਂ ਬਾਹਰੋਂ ਲਿਖੀ ਹੋਈ ਸੀ ਵੇਖੀ। 7 ਮੋਹਰਾਂ ਨਾਲ ਬੰਦ ਕੀਤੀ ਹੋਈ ਸੀ। ਮੈਂ ਇੱਕ ਬਲੀ ਦੂਤ ਨੂੰ ਵੱਡੀ ਆਵਾਜ਼ ਨਾਲ ਇਹ ਪ੍ਰਚਾਰ ਕਰਦੇ ਵੇਖਿਆ, ਭਾਈ ਪੋਥੀ ਨੂੰ ਖੋਲਣ ਤੇ ਉਹਦੀਆਂ ਮੋਹਰਾਂ ਨੂੰ ਤੋੜਨ ਦੇ ਯੋਗ ਕੌਣ ਹੈ? ਤਾਂ ਨਾ ਸਵਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਕੋਈ ਸੀ ਜੋ ਉਸ ਪੋਥੀ ਨੂੰ ਖੋਲ ਸਕਦਾ ਜਾਂ ਉਸ ਉੱਤੇ ਨਿਗਾਹ ਕਰ ਸਕਦਾ। ਤਾਂ ਮੈਂ ਬਹੁਤ ਰੋਨਾ ਇਸ ਲਈ ਜੋ ਉਸ ਪੋਥੀ ਦੇ ਖੋਲਣ ਜਾਂ ਉਸ ਉੱਤੇ ਨਿਗਾਹ ਕਰਨ ਦੇ ਯੋਗ ਕੋਈ ਨਾ ਨਿਕਲਿਆ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ, ਵੇਖ ਬੱਬਰ ਸ਼ੇਰ ਜਿਹੜਾ ਯਹੂਦਾ ਦੀ ਗੋਦ ਵਿੱਚ ਹੈ ਅਤੇ ਦਾਊਦ ਦੀ ਜੜ੍ਹ ਹੈ, ਉਸ ਪੋਥੀ ਅਤੇ ਉਸ ਦੀਆਂ 7 ਮੋਹਰਾਂ ਦੇ ਖੋਲਣ ਲਈ ਜਿੱਤ ਗਿਆ। ਮੈਂ ਸਿੰਘਾਸਣ ਅਤੇ ਚੂਹਾਂ ਜੰਤੂਆਂ ਦੇ ਵਿਚਾਲੇ ਉਹਨਾਂ ਬਜ਼ੁਰਗਾਂ ਦੇ ਵਿਚਾਲੇ ਇੱਕ ਲੇਲੇ ਨੂੰ ਜੋ ਮਨੋ ਖੋਇਆ ਗਿਆ ਸੀ ਖਲੋਤਾ ਵੇਖਿਆ, ਜਿਹਦੇ 7 ਸਿੰਘ ਅਤੇ 7 ਅੱਖਾਂ ਹਨ। ਇਹ ਪਰਮੇਸ਼ੁਰ ਦੇ 7 ਆਤਮੇ ਹਨ ਜਿਹੜੇ ਸਾਰੀ ਧਰਤੀ ਵਿੱਚ ਇਕੱਲੇ ਹੋਏ ਹਨ। ਉਹਨੇ ਆਣ ਕੇ ਉਸ ਦੇ ਸੱਜੇ ਹੱਥੋਂ ਜਿਹੜਾ ਸਿੰਘਾਸਣ ਉੱਤੇ ਵਿਰਾਜਮਾਨ ਸੀ ਉਸ ਪੋਥੀ ਲੈ ਲਈ, ਜਾਂ ਉਹਨੇ ਪੋਥੀ ਲੈ ਲਈ ਤਾਂ ਚਾਰੇ ਜੰਤੂ 24 ਬਜ਼ੁਰਗ ਲੇਲੇ ਦੇ ਅੱਗੇ ਡਿੱਗ ਪਏ ਅਤੇ ਹਰੇਕ ਦੇ ਕੋਲ ਰਬਾਬ ਅਤੇ ਧੂਪ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ, ਜਿਹੜੇ ਸੰਤਾਂ ਦੀਆਂ ਪ੍ਰਾਰਥਨਾ ਹਨ, ਅਤੇ ਉਹ ਇਹ ਆਖਦੀਆਂ ਇੱਕ ਨਵਾਂ ਗੀਤ ਗਾਉਂਦੇ ਹਨ, ਤੂੰ ਉਸ ਪੋਥੀ ਲੈਣ ਅਤੇ ਉਸ ਦੀਆਂ ਮੋਹਰਾਂ ਖੋਲਣ ਦੇ ਯੋਗ ਹੈ, ਕਿਉਂਕਿ ਤੂੰ ਖੋਇਆ ਗਿਆ ਸੈ ਅਤੇ ਤੈਂ ਆਪਣੇ ਲਹੂ ਨਾਲ ਹਰੇਕ ਗੋਤਾ, ਪੱਖਿਆ, ਉੱਤਮ ਅਤੇ ਕੌਮ ਵਿੱਚੋਂ ਪਰਮੇਸ਼ੁਰ ਲਈ ਲੋਕਾਂ ਨੂੰ ਮੁੱਲ ਲਿਆ ਅਤੇ ਉਹਨਾਂ ਨੂੰ ਸਾਡੇ ਪਰਮੇਸ਼ੁਰ ਲਈ ਪਾਤਸ਼ਾਹੀ ਅਤੇ ਜਾਜਕ ਬਣਾਇਆ ਅਤੇ ਉਹ ਧਰਤੀ ਉੱਤੇ ਰਾਜ ਕਰਨਗੇ। ਤਾਂ ਮੈਂ ਡਿੱਠਾ ਸਿੰਘਾਸਣ, ਉਹਨਾਂ ਜੰਤੂਆਂ ਅਤੇ ਬਜ਼ੁਰਗਾਂ ਦੁਆਲੇ ਬਹੁਤਿਆਂ ਦੂਤਾਂ ਦੀ ਆਵਾਜ਼ ਸੁਣੀ। ਉਹਨਾਂ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਵਿੱਚ ਸੀ। ਉਹ ਵੱਡੀ ਆਵਾਜ਼ ਨਾਲ ਇਹ ਆਖਦੇ ਸਨ, ਲੇਲਾ ਜਿਹੜਾ ਖੋਇਆ ਗਿਆ ਸੀ ਸਾਮਰਤ, ਧਨ, ਬੁੱਧ, ਸ਼ਕਤੀ, ਮਾਣ, ਮਹਿਮਾ ਅਤੇ ਧੰਨਵਾਦ ਲੈਣ ਦੇ ਯੋਗ ਹੈ। ਜਿਹੜਾ ਸਿੰਘਾਸਣ ਉੱਤੇ ਵਿਰਾਜਮਾਨ ਹੈ ਉਹਦਾ ਲੇਲੇ ਦਾ ਧੰਨਵਾਦ, ਮਾਣ, ਮਹਿਮਾ, ਪਰਾਕਰਮ ਯੁਗੋ ਯੁਗ ਹੋਵੇ। ਆਮੀਨ, ਹਾਲੇਲੂਇਆ। ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਇਸ ਪੜ੍ਹੇ ਗਏ ਵਚਨ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ। ਆਮੀਨ।